ਸਰਕਾਰ ਮੁਰਦਾਬਾਦ ਹੱਕ ਤੇ ਸੱਚ ਦੀ ਆਵਾਜ਼ ਦਬਾਉਣ ਵਾਲੀ ਹਾਕਮ ਹਾਂ ਮੁਰਦਾਬਾਦ ਮੁਰਦਾਬਾਦ ਕਾਲੇ ਕਾਨੂੰਨ ਵਾਪਸ ਲਓ ਸਾਡਾ ਇੱਕਾ ਜਿੰਦਾਬਾਦ ਲੋਕਾਂ ਦਾ ਇੱਕਾ ਜਿੰਦਾਬਾਦ ਹੱਕ ਲਵਾਗੇ ਇੱਕੇ ਨਾਲ ਹੱਕ ਲਵਾਗੇ ਝੱਕ ਦੇਾਂਗੇ ਤੋਂ ਦੇ ਗੋਡਾ ਰੱਖਦੇ ਆ ਮੋਦੀ ਸਰਕਾਰ ਮੁਰਦਾਬਾਦ ਇਸਾਨਾ ਦਾ ਇੱਕਾ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ ਲਵਾਗੇ ਇੱਕੇ ਨਾਲ ਕੀ ਕਰਨ ਸਾਡੇ ਤਾਂ ਹਲਵਤੇ ਕਿਸਾਨੀ ਬਿੱਲ ਜਿਹੜਾ ਸੰਸਦ ਤੇ ਰਾਜ ਸਭਾ ਤੇ ਸਰਕਾਰ ਨੇ ਭਾਵੇਂ ਪਾਸ ਕਰ ਲਿਆ ਹੈ ਲੇਕਿਨ ਉਸ ਦਾ ਸੰਗਰਾਮ ਸੜਕਾਂ ਤੇ ਤੇ ਹਰ ਜੱਥੇ ਬੰਦੇ ਦੇ ਵਿੱਚ ਦਿਖਾਈ ਦੇ ਰਿਹਾ ਹੈ ਕੱਲ ਨੂੰ ਪੰਜਾਬ ਬੰਦ ਹੈ ਹਰਿਆਣਾ ਦੇ ਵਿੱਚ ਵੀ ਆਵਾਜ਼ਾਈ ਠੱਪ ਕੀਤੀ ਜਾਣੀ ਹੈ ਪੰਜਾਬ ਦੀ ਜਿਹੜੀ ਲਿਖਾਰੀ ਸਭਾ ਹੈ ਉਹਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਣਾ ਹੈ ਔਰ ਇਹਨਾਂ ਨੇ ਆਪਣਾ ਸਮਰਥਨ ਕਿਸਾਨਾਂ ਨੂੰ ਦਿੱਤਾ ਹੈ ਇਸ ਬਾਰੇ ਗੱਲਬਾਤ ਕਰਦੇ ਆ ਜਿਹੜੇ ਪੰਜਾਬੀ ਲਿਖਾਇਕ ਹੈ ਡਾਕਟਰ ਅਕਵਿੰਦਰ ਕੌਰ ਜੀ ਹੈ ਡੋਸ ਲਿਖਾ ਰਿਹਾ ਹੈ ਹਾਂਜੀ ਇਸ ਜਿਹੜਾ 25 ਤਰੀਕ ਨੂੰ ਬੰਦਾ ਸੱਦਾ ਦਿੱਤਾ ਗਿਆ ਇਹਦੇ ਵਿੱਚ ਸਾਡੀਆਂ ਸਾਰੀਆਂ ਹੀ ਲੇਖਕ ਜਥੇਬੰਦੀਆਂ ਸ਼ਾਮਲ ਹੋਣਗੀਆਂ ਉਹਨਾਂ ਨੇ ਪੂਰਨ ਹਮਾਇਤ ਕੀਤੀ ਆ ਅਸੀਂ 20 ਤਰੀਕ ਨੂੰ ਇਹ ਫੈਸਲਾ ਕਰ ਲਿਆ ਸੀ ਜਦੋਂ ਕਿ ਪਟਿਆਲੇ ਦੇ ਵਿੱਚ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਸੀ ਅਸੀਂ ਉੱਥੇ ਵੀ ਉਹਨਾਂ ਦੀ ਹਮਾਇਤ ਕਰਕੇ ਆਏ ਸੀਗੇ ਕਿਉਂਕਿ ਇਹ ਮਸਲਾ ਇਕੱਲੇ ਕਿਸਾਨਾਂ ਦਾ ਨਹੀਂ ਹੈ ਇਹ ਸਾਰਾ ਮਸਲਾ ਪੰਜਾਬ ਦਾ ਆ ਇਸ ਦੇ ਵਿੱਚ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ ਸ਼ਾਮਲ ਹੋਣਾ ਚਾਹੀਦਾ ਆ ਜੀ ਦਿਖਾਰੀ ਸਭਾ ਦੇ ਪੂਰੇ ਪੰਜਾਬ ਦੀ ਸਪੋਰਟ ਹੈ ਇਹਨਾਂ ਨੂੰ ਕਿਸਾਨਾਂ ਨੂੰ ਬਿਲਕੁਲ ਜੀ ਇਹਦੇ ਵਿੱਚ ਕੱਲੇ ਕਿਸਾਨ ਨਹੀਂ ਆ ਕਿਉਂਕਿ ਇਸ ਮਸਲੇ ਨੂੰ ਕੱਲਾ ਕਿਸਾਨਾਂ ਦਾ ਮਸਲਾ ਬਣਾ ਕੇ ਨਾ ਪੇਸ਼ ਕੀਤਾ ਜਾਵੇ ਕਿਉਂਕਿ ਜਦੋਂ ਖੇਤੀ ਆਰਡੀਐਨਸਾ ਦੀ ਗੱਲ ਹੋਵੇਗੀ ਤਾਂ ਇਸ ਦੇ ਵਿੱਚ ਛੋਟੇ ਕਿਸਾਨ ਵੀ ਆਉਣਗੇ ਇਸ ਰਗੜੇ ਜਾਣਗੇ ਆਰਤੀ ਵੀ ਰਗੜੇ ਜਾਣਗੇ ਮਜ਼ਦੂਰ ਵੀ ਰਗੜੇ ਜਾਣਗੇ ਤੇ ਹੋਰ ਵੀ ਪੰਜਾਬ ਦੇ ਜਿੰਨੇ ਵੀ ਲੋਕ ਨੇ ਸਾਰਿਆਂ ਦਾ ਨੁਕਸਾਨ ਹੋਏਗਾ ਹਾਂਜੀ ਹਾਂਜੀ ਉਹ ਮਜ਼ਦੂਰਾਂ ਦੇ ਉੱਤੇ ਬਿਲਕੁਲ ਬਿਲਕੁਲ ਜੀ ਇਹਨਾਂ ਨੇ ਕੱਲ ਮਜ਼ਦੂਰਾਂ ਦਾ ਕਿਰਤ ਬਿੱਲ ਪਾਸ ਕੀਤਾ ਹੈਗਾ ਉਹ ਵੀ ਸਿੱਧਾ ਮਜ਼ਦੂਰਾਂ ਦੇ ਉੱਪਰ ਸਿੱਧਾ ਅਟੈਕ ਕੀਤਾ ਗਿਆ ਹੈ ਜੀ ਐਸੇ ਲਈ ਜਦੋਂ ਅਸੀਂ ਲੇਖਾਂ ਦੀ ਗੱਲ ਕਰਦੇ ਆ ਤਾਂ ਬਹੁਤ ਸਿਰ ਪਹਿਲਾਂ ਦੇ ਜਿਹੜੇ ਸਾਡੇ ਲੇਖਕ ਸੱਚ ਤੇ ਹੱਕ ਦੀ ਆਵਾਜ਼ ਉਠਾਉਂਦੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡਕਿਆ ਹੋਇਆ ਆ ਕਿਉਂਕਿ ਇਹ ਪਾਬੰਦੀਆਂ ਲਾਈਆਂ ਗਈਆਂ ਨੇ ਕਿ ਅਸੀਂ ਸੱਚ ਤੇ ਹੱਕ ਦੀ ਆਵਾਜ਼ ਬੁਲੰਦਨਾ ਕਰ ਸਕੇ ਸਾਡੇ ਮਨਾਂ ਦੇ ਵਿੱਚ ਇਹ ਵੀ ਰੋਸ ਹੈ ਤੇ ਦੂਸਰਾ ਜਿਵੇਂ ਜੰਮੂ ਕਸ਼ਮੀਰ ਤੇ ਹੋਰ ਇਲਾਕਿਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਜਿਹੜਾ ਦੂਜਾ ਦਰਜਾ ਦਿੱਤਾ ਜਾ ਰਿਹਾ ਸੀਗਾ ਉਸ ਨੂੰ ਵੀ ਖਤਮ ਕਰਨ ਦੀ ਸਾਜ ਕਿਆ ਹੋ ਰਹੀਆਂ ਨੇ ਇਸੇ ਤਰ੍ਹਾਂ ਸਾਰੇ ਹੀ ਲੋਕ ਜਸਵੇਦਨਜੀ ਲੋਕ ਲੋਕਪੱਖੀ ਲੋਕ ਜਮੂਰੀ ਲੋਕ ਜਿਹੜੇ ਨੇ ਉਹਨਾਂ ਦੇ ਮਨਾਂ ਦੇ ਅੰਦਰ ਰੋਸ ਹੈਗਾ ਆ ਤੇ ਇਹ ਰੋਸ ਪ੍ਰਦਰਸ਼ਨ ਜਿਹੜਾ ਹੈਗਾ ਅਸੀਂ ਕੱਲ ਨੂੰ 25 ਦੀ ਹੜਤਾਲ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਇਜ਼ਹਾਰ ਕਰਾਂਗੇ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਅਸੀਂ ਖੇਤੀ ਉਂ ਆ ਸਾਡਾ ਕੋਈ ਹਿੱਲ ਨਹੀਂ ਸਾਡੀਆਂ ਆੜਤੀਆਂ ਤੋਂ ਵੀ ਨਾ ਬੀਬ ਨਹੀਂ ਪੂਰਾ ਪੜਦਾ ਹੈਗਾ ਠੀਕ ਹੈ ਆੜਤੀ ਇੱਕ ਸਾਡੀ ਬੈਂਕ ਨਹੀਂ ਜੀ ਠੀਕ ਹੈ ਨਾ ਸਾਡਾ ਉਹਨਾਂ ਤੋਂ ਬਿਨਾ ਉਹ ਹੀ ਨਹੀਂ ਹੁੰਦਾ ਜੇ ਸਾਡੇ ਕੋਈ ਵੀ ਕੋਈ ਬੱਚਾ ਬਿਮਾਰ ਹੁੰਦਾ ਕੋਈ ਕਿਸੇ ਤਰ੍ਹਾਂ ਦਾ ਅਸੀਂ ਕਿੱਥੋਂ ਪੈਸਾ ਲਵਾਂਗੇ ਜਾਂ ਕਿੱਥੋਂ ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ ਸਾਡਾ ਜਣੀ ਜਿਹੜੀ ਜਿੰਸ ਹੈ ਉਹ ਸਿਰਫ ਅਸੀਂ ਇੰਨਾ ਹੀ ਕਮਾਉਂਦੇ ਆ ਵੀ ਜਿਹੜੀ ਪੂਰੀ ਪੂਰੀ ਮਸਾਂ ਪੂਰਾ ਪੜਦਾ ਹੈ ਜਿਹੜਾ ਅਲੱਗ ਪੈਸਾ ਜੀ ਉਹ ਸਾਡਾ ਕਿੱਥੋਂ ਆਊਗਾ ਜਾਂ ਕਿਵੇਂ ਹੋਊਗਾ ਇਹ ਬਿੱਲ ਨੂੰ ਅਸੀਂ ਵਾਪਸ ਕਰਵਾ ਕੇ ਰਾਵਾਂਗੇ ਹਰ ਹਾਲਤ ਬਾਬਾ ਹਾਂਜੀ ਮੈਂ ਅਸੀਂ ਇਹਨਾਂ ਤਿੰਨ ਤਿੰਨ ਚਾਰ ਮਸਲੇ ਜਿਹੜੇ ਨਵੇਂ ਆਏ ਨੇ ਉਹਨਾਂ ਦੇ ਬਹੁਤ ਵਿਰੋਧੀ ਆ ਪਹਿਲੀ ਗਲਤੀ ਇਹਨਾਂ ਨੇ ਨਵੀਂ ਸਿੱਖਿਆ ਨੀਤੀ ਜਿਹੜੀ ਘੜੀ ਅਸੀਂ ਉਹਦੇ ਬਹੁਤ ਵਿਰੋਧੀ ਆ ਉਹਦੇ ਨਾਲ ਪੂਰਾ ਜਿਹੜਾ ਗਰੀਬ ਵਰਗ ਹੈ ਉਹ ਸਿੱਖਿਆ ਤੋਂ ਵਾਂਝਾ ਰਹਿ ਜੇਗਾ ਦੂਸਰਾ ਅਸੀਂ ਜਿਹੜਾ ਸਾਡਾ ਕਿਸਾਨਾਂ ਦੇ ਲਈ ਇਹਨਾਂ ਨੇ ਇੱਕ ਬੜੀ ਮਾਰੂ ਨੀਤੀ ਆਡੀਅנס ਲੈ ਕੇ ਆਉਂਦਾ ਵੀ ਉਸ ਨੂੰ ਪਹਿਲਾਂ ਲੋਕਾਂ ਦੀ ਸਹਿਮਤੀ ਨਾਲ ਲਿਆ ਜਾਂਦਾ ਕਿਉਂ ਉਹਨਾਂ ਨੇ ਇਸ ਤਰ੍ਹਾਂ ਲੈ ਕੇ ਆਂਦਾ ਤੀਸਰੀ ਗੱਲ ਇਹ ਸਾਡੀ ਖੇਤਰੀ ਭਾਸ਼ਾ ਮਾਨੂੰ ਖਾ ਰਹੇ ਨੇ ਇਹ ਜਿਹੜਾ ਝੂਠਾ ਰਾਸ਼ਟਰਵਾਦ ਹੈ ਨਾ ਅਸੀਂ ਇਸ ਤੇ ਬਹੁਤ ਖਿਲਾਫ ਆ ਅੱਗੇ ਤੋਂ ਵੀ ਇਸ ਦੀ ਖਿਲਾਫਤ ਦੀ ਕਰਦੇ ਰਹਾਂਗੇ ਦੇਸ਼ ਦੇ ਲੋਕਾਂ ਦੇ ਵਿੱਚ ਜਿਹੜੇ ਬਿੱਲ ਸਰਕਾਰ ਨੇ ਪਾਸ ਕੀਤੇ ਹਨ ਉਸ ਦਾ ਵਿਰੋਧ ਦੇਖਿਆ ਜਾ ਰਿਹਾ ਹੈ ਲੇਖਨਾ ਦੇ ਵਿੱਚ ਵੀ ਵਿਰੋਧ ਹੈ ਲੇਖਕਾਂ ਨੇ ਕਿ ਹੈ ਵੀ ਸਰਕਾਰ ਹਰ ਗਲਤੇ ਲੋਕ ਮਰੂ ਜਿਹੜੇ ਫੈਸਲੇ ਕਰ ਰਹੀ ਹੈ ਇਸ ਦਾ ਖਾਮਿਆਜਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪੈ ਸਕਦਾ ਹੈ ਕੈਮਰਾਮੈਨ ਬਾਲਸੰਗਰਕ ਕੇ ਸਾਥ ਪ੍ਰਸੋਤਮ ਕੋ ਸਿਕਸਮਾਨਾ ਨੂਜ